ਸੁਰਖੀ ਬਿੰਦੀ ਲਾ ਕੇ ਵਾਲ ਖੋਲ੍ਹ ਕੇ ਇੱਕ ਲੜਕਾ ਲੜਕੀ ਦੇ ਰੂਪ ਦੇ ਵਿੱਚ ਜਦੋਂ ਪੇਪਰ ਦੇਣ ਪਹੁੰਚ ਜਾਂਦਾ ਤਾਂ ਜਦੋਂ ਅੱਗੇ ਬਾਇਓਮੈਟ੍ਰਿਕ ਤਰੀਕੇ ਦੇ ਨਾਲ ਉਸਦੀ ਪਛਾਣ ਦੀ ਜਾਂਚ ਕੀਤੀ ਜਾਂਦੀ ਆ ਤਾਂ ਜਦੋਂ ਬਾਇਓਮੈਟ੍ਰਿਕ ਮੈਚ ਨਹੀਂ ਕਰਦੇ ਤਾਂ ਜਦੋਂ ਉਸਦੀ ਜੋ ਹੋਰ ਜਾਂਚ ਕੀਤੀ ਜਾਂਦੀ ਆ ਤਾਂ ਉਹ ਲੜਕੀ ਦੀ ਬਜਾਏ ਲੜਕਾ ਨਿਕਲ ਆਉਂਦਾ। ਦਰਅਸਲ ਬੀਤੇ ਦਿਨੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਦੀ ਪ੍ਰੀਖਿਆ ਦੇ ਪੇਪਰ ਚੱਲ ਰਹੇ ਸੀ। ਪੇਪਰਾਂ ਦੇ ਲਈ ਇਲਾਕੇ ਦੇ ਵਿੱਚ ਥਾਂ ਥਾਂ 'ਤੇ ਸਕੂਲਾਂ ਦੇ ਵਿੱਚ ਜਿਸਦੇ ਸੈਂਟਰ ਬਣੇ ਹੋਏ ਸੀ, ਅਜਿਹਾ ਇੱਕ ਸੈਂਟਰ ਕੋਟਕਪੂਰਾ ਦੇ DAV ਸਕੂਲ ਦੇ ਵਿੱਚ ਬਣਿਆ ਹੋਇਆ ਸੀ। ਉੱਥੇ ਇੱਕ ਲੜਕਾ ਲੜਕੀ ਦਾ ਰੂਪ ਧਾਰਨ ਕਰਕੇ ਪੇਪਰ ਦੇਣ ਚਲਿਆ ਜਾਂਦਾ। ਜਦੋਂ ਬਾਇਓਮੈਟ੍ਰਿਕ ਤਰੀਕੇ ਦੇ ਨਾਲ ਉਸਦੀ ਜਾਂਚ ਕੀਤੀ ਜਾਂਦੀ ਹੈ ਤਾਂ ਜਦੋਂ ਉਹ ਪਤਾ ਲੱਗਦਾ ਕਿ ਬਾਇਓਮੈਟ੍ਰਿਕ ਮੈਚ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹ ਜੋ ਫਾਜ਼ਿਲਕਾ ਦੇ ਪਿੰਡ ਢਾਣੀ ਦੀ ਪਰਮਜੀਤ ਕੌਰ ਬਣ ਕੇ ਆਇਆ। ਦਰਅਸਲ ਇਹ ਇੱਕ ਲੜਕਾ ਅੰਗਰੇਜ਼ ਸਿੰਘ ਹੈ ਜਿਸਨੇ ਕਿ ਵਾਲ ਖੋਲ੍ਹੇ ਹੋਏ ਨੇ, ਸਗੋਂ ਜੋ ਆਪਣਾ ID ਕਾਰਡ ਕਹਿ ਦਈਏ, ਆਧਾਰ ਕਾਰਡ ਜਾਂ ਵੋਟਰ ਕਾਰਡ, ਉਹ ਵੀ ਸਾਰੇ ਜਾਲੀ ਤਿਆਰ ਕੀਤੇ ਹੋਏ ਨੇ, ਜਿਸ ਦੇ ਵਿੱਚ ਉਹ ਸੁਰਖੀ ਬਿੰਦੀ ਲਾ ਕੇ ਬੈਠਾ, ਵਾਲ ਖੋਲ੍ਹੇ ਹੋਏ ਨੇ। ਇੱਕ ਲੜਕਾ ਲੜਕੀ ਦੇ ਰੂਪ ਦੇ ਵਿੱਚ ਆਪਣੇ ਸਾਰੇ ਜੋ ਜਾਲੀ ID ਕਾਰਡ ਬਣਾਏ ਹੋਏ ਨੇ, ਰੋਲ ਨੰਬਰ ਬਣਾਏ ਹੋਏ ਨੇ, ਤਾਂ ਉਸ ਤੋਂ ਬਾਅਦ ਜਦੋਂ ਅਧਿਆਪਕਾਂ ਨੂੰ ਸ਼ੱਕ ਪੈ ਜਾਂਦਾ ਕਿ ਲੜਕੀ ਨਹੀਂ ਸਗੋਂ ਲੜਕਾ, ਤਾਂ ਉਹਨਾਂ ਦੇ ਵੱਲੋਂ ਇਲਾਕੇ ਦੀ ਪੁਲਿਸ ਬੁਲਾਈ ਜਾਂਦੀ ਹੈ। ਪੁਲਿਸ ਦੇ ਵੱਲੋਂ ਉਸਦੇ ਉੱਪਰ ਇੱਕ ਮੁਕੱਦਮਾ ਦਰਜ ਕਰਕੇ ਹੁਣ ਅਗਲੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ DAV ਸਕੂਲ ਥਾ ਜੀ, ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ, ਉਹਦੇ ਬਾਅਦ ਸਾਰਿਆਂ ਬੱਚਿਆਂ ਦਾ ਇਗਜ਼ਾਮ ਹੋ ਰਿਹਾ ਸੀ, ਅਤੇ ਪੰਜਾਬੀ ਦੇ ਇਗਜ਼ਾਮ ਜਿਹੜਾ ਪਾਸ ਕਰਦਾ ਉਹੀ ਅਗਲੇ ਇਗਜ਼ਾਮ ਵਿੱਚ ਜਾ ਸਕਦਾ। ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪਰੂਫ ਇੰਤਜ਼ਾਮ ਕੀਤਾ ਹੋਇਆ। ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ, ਫੋਟੋ ਇੰਟਰੋਡਿਊਸ ਕੀਤੀ ਹੈ, ਅਤੇ ਸਿਗਨੇਚਰ ਇੰਟਰੋਡਿਊਸ ਕੀਤੇ। ਔਰ ਬੱਚਾ ਆਇਆ, ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ, ਪਾਸ ਹੋ ਗਿਆ, ਅਤੇ ਉਹਦੇ ਬਾਅਦ ਉਹ ਆਏ ਇਗਜ਼ਾਮ ਦੇਣ ਨੂੰ, ਅਤੇ ਇੱਕ ਮੁੰਡਾ ਸੀ ਅਤੇ ਕੁੜੀ ਦੇ ਡਰੈਸ ਪਹਿਨ ਕੇ ਆਇਆ ਹੋਇਆ ਸੀ, ਅਤੇ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ, ਫੇਸ ਮੈਚ ਨਹੀਂ ਕੀਤਾ ਫੋਟੋ ਨਾਲ। ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾਉਣ ਦੀ ਸੇਮ, ਬਟ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪਰੂਫ ਹੁੰਦਾ। ਅਤੇ ਜਦੋਂ ਮੈਚ ਨਹੀਂ ਕੀਤਾ ਤਾਂ ਉਹਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ, ਉਹਦਾ ਪੇਪਰ ਨਲ ਐਂਡ ਵਾਇਡ ਹੈ, ਉਹ ਕੰਸੀਡਰ ਨਹੀਂ ਹੋਏਗਾ। ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਅਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰ ਰਹੇ ਹਾਂ। ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ 'ਚ ਜਾ ਕੇ ਤਾਂ ਨਹੀਂ ਦੇਖ ਸਕਦੇ, ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਅਤੇ ਅਸੀਂ ਏਜੰਸੀ ਹਾਇਰ ਕੀਤੀ ਹੋਈ ਹੈ। ਅਸੀਂ ਇਹ ਵਾਲਾ ਕੁਸ਼ਚਨ ਏਜੰਸੀ ਤੋਂ ਵੀ ਪੁੱਛਿਆ, ਕਿਉਂਕਿ ਏਜੰਸੀ ਨੇ ਇਸ ਵਾਰੀ ਉਹਨੂੰ ਪਕੜਿਆ, ਪਿਛਲੀ ਵਾਰੀ ਨਹੀਂ ਪਕੜਿਆ ਸੀ, ਅਤੇ ਉਸ ਵੇਲੇ ਓਰਿਜਨਲ ਕੈਂਡੀਡੇਟ ਆਇਆ ਸੀ ਜਾਂ ਇਹੀ ਕੈਂਡੀਡੇਟ ਨੇ ਕੁਛ ਮੈਨੇਜ ਕਰ ਲਿੱਤਾ। ਹੁੰਦਾ ਤਾਂ ਨਹੀਂ ਹੈ, ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ, ਅਤੇ ਏਜੰਸੀ ਸਾਨੂੰ ਰਿਪੋਰਟ ਦੇਗੀ, ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਦੇ ਅਸੀਂ ਫੋਰਵਰਡ ਕਰ ਦਿੱਤਾ। ਜੀ ਕੱਲ੍ਹ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਹੈ, ਇਹਨਾਂ ਦੇ ਇਗਜ਼ਾਮ ਹੋ ਰਹੇ ਸੀ, ਇੱਥੇ DAV ਸਕੂਲ ਕੋਟਕਪੂਰਾ ਦੇ ਵਿੱਚ ਇਗਜ਼ਾਮ ਹੋ ਰਿਹਾ ਸੀ। ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਐਪਲੀਕੇਸ਼ਨ ਮਿਲੀ ਉਹਨਾਂ ਤੋਂ, ਕੱਲ੍ਹ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ। ਜਦੋਂ ਅਸੀਂ ਉੱਥੇ ਜਾ ਕੇ ਚੈੱਕ ਕੀਤਾ ਤਾਂ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ, ਪੁੱਤਰ ਕਰਤਾ ਜਗਤਾਰ ਸਿੰਘ, ਇਹ ਫਾਜ਼ਿਲਕਾ ਦਾ ਰਹਿਣ ਵਾਲਾ।
ਇਹ ਲੜਕਾ ਜਿਹੜਾ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ, ਉਹਦੇ ਮਤਲਬ ਕਿ ਰੋਲ ਨੰਬਰ 'ਤੇ ਹੀ ਆਪਦਾ ਹੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਵਾਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪਰੰਤੂ ਬਾਇਓਮੈਟ੍ਰਿਕ ਆ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ। ਅੱਜ ਅਸੀਂ ਇਹਦੇ ਖਿਲਾਫ਼ 400 NIPC ਦੀ ਮੁਕੱਦਮਾ ਦਰਜ ਕਰ ਦਿੱਤਾ, ਤੋ ਅਗਲੀ ਕਾਰਵਾਈ ਅਸੀਂ ਕਰ ਰਹੇ। ਸਰ ਕੀ ਉਹਦੀ ਗ੍ਰਿਫਤਾਰੀ ਪਾਈ ਗਈ? ਹਾਂਜੀ, ਬੇਲ ਆਊਟ ਹੈ ਸਰ।